ਕੈਨੇਡਾ ਤੋਂ ਭਾਰਤ ਜਾਣ ਵਾਲੇ ਸੁਚੇਤ ਰਹਿਣ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਨੇ, ਜਿਨ੍ਹਾਂ ਦੀ ਪਾਲਣਾ ਕਰਦਿਆਂ ਭਾਰਤ ਜਾਣ ਵਾਲੇ ਮੁਸਾਫਰਾਂ ਦੀ ਬਾਰੀਕੀ ਨਾਲ ਪੁਣਛਾਣ ਕੀਤੀ ਜਾਵੇਗੀ ਅਤੇ ਬਾਰਡਰ ਅਫਸਰ ਉਹਨਾਂ ਦੇ ਸਨਮਾਨ ਦੀ ਡੂੰਘਾਈ ਨਾਲ ਤਲਾਸ਼ੀ ਵੀ ਲੈਣਗੇ। ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਸੁਰੱਖਿਆ ਜਾਂਚ ਬਾਰੇ ਨਵੇਂ ਮਾਪਦੰਡ ਆਰਜ਼ੀ ਤੌਰ 'ਤੇ ਲਾਗੂ ਕਰ ਦਿੱਤੇ ਗਏ ਨੇ। ਨਵੇਂ ਨਿਯਮਾਂ ਦੇ ਚੱਲਦਿਆਂ ਮੁਸਾਫਿਰਾਂ ਨੂੰ ਹਵਾਈ ਅੱਡਿਆਂ 'ਤੇ ਸਕਰੀਨਿੰਗ ਦੌਰਾਨ ਵਾਧੂ ਸਮਾਂ ਲੱਗ ਸਕਦਾ ਅਤੇ ਖੱਜਲ ਖੁਆਰ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਸਰਕਾਰੀ ਅਫਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਨੂੰ ਸੌਂਪੀ ਗਈ ਹੈ। ਹਵਾਈ ਅੱਡਿਆਂ 'ਤੇ ਹੁਣ ਪੁੱਛ ਪੜਤਾਲ ਅਤੇ ਡੂੰਘਾਈ ਨਾਲ ਤਲਾਸ਼ੀ ਹੋਵੇਗੀ। ਕੈਨੇਡੀਅਨ ਹਵਾਈ ਅੱਡਿਆਂ ਦੇ ਖਾਸ ਖੇਤਰਾਂ ਵਿੱਚ ਮੁਸਾਫਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਦੀ ਸਮਾਨ ਦੀ ਤਲਾਸ਼ੀ ਲੈਣ ਦਾ ਕੰਮ ਕੈਨੇਡੀਅਨ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਵੱਲੋਂ ਹੀ ਕੀਤਾ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਮੁਸਾਫਰਾਂ ਦੀ ਸਕਰੀਨਿੰਗ ਦਾ ਮਕਸਦ ਇਹ ਵੀ ਹੈ ਕਿ ਕਿਸੇ ਸੰਬੰਧਿਤ ਮੁਸਾਫਰ ਕਿਸੇ ਮਾਮਲੇ ਵਿੱਚ ਲੋੜੀਂਦਾ ਤਾਂ ਨਹੀਂ। ਇਸ ਤੋਂ ਇਲਾਵਾ ਕੈਰੀ ਬੈਗਸ ਨੂੰ ਐਕਸਰੇ ਮਸ਼ੀਨਾਂ ਵਿੱਚੋਂ ਲੰਘਾਉਣਾ ਅਤੇ ਹੱਥ ਨਾਲ ਮੁਸਾਫਰਾਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਦੀ ਨਵੀਂ ਦਿੱਲੀ ਤੋਂ ਸ਼ਿਕਾਗੋ ਵਾਸਤੇ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੇ ਖਤਰੇ ਕਾਰਨ ਕੈਨੇਡਾ ਦੇ ਨੂਨਾਵਤ ਇਲਾਕੇ ਵਿੱਚ ਉਤਾਰਨਾ ਪਿਆ। ਜਹਾਜ਼ ਦੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਸੀ ਮਿਲਿਆ, ਪਰ ਮੁਸਾਫਰਾਂ ਨੂੰ ਕੈਨੇਡੀਅਨ ਹਵਾਈ ਫੌਜ ਦੇ ਜਹਾਜ਼ ਰਾਹੀਂ ਸ਼ਿਕਾਗੋ ਪਹੁੰਚਾਇਆ ਗਿਆ। ਅਨੀਤਾ ਆਨੰਦ ਵੱਲੋਂ ਜਾਰੀ ਬਿਆਨ ਨੂੰ ਕਿਸੇ ਘਟਨਾਕ੍ਰਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਬ੍ਰੈਂਪਟਨ ਵਿਖੇ ਮੰਦਰ ਅਤੇ ਗੁਰਦੁਆਰੇ ਦੇ ਬਾਹਰ ਵਾਪਰੇ ਘਟਨਾਕ੍ਰਮ ਇਸ ਮਾਮਲੇ ਵਿੱਚ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟ ਦੇ ਨਵੇਂ ਸੁਰੱਖਿਆ ਨਿਯਮਾਂ ਦਾ ਕਾਰਨ ਹੋ ਸਕਦੇ ਨੇ। ਗ੍ਰਿਫਤਾਰੀ ਵਾਰੰਟ ਅਧੀਨ ਲੋੜੀਂਦੇ ਭਾਰਤੀ ਮੂਲ ਦੇ ਸ਼ੱਕੀ ਕੈਨੇਡਾ ਛੱਡ ਕੇ ਫਰਾਰ ਹੋਣ ਦਾ ਯਤਨ ਕਰ ਸਕਦੇ ਨੇ ਅਤੇ ਅਜਿਹੇ ਵਿੱਚ ਸੁਰੱਖਿਆ ਜਾਂਚ ਦਾ ਘੇਰਾ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਹੈਲੀਫੈਕਸ ਪੁਲਿਸ ਨੂੰ 19 ਸਾਲਾ ਗੁਰਸਿਮਰਨ ਕੌਰ ਦੀ ਦਰਦਨਾਕ ਮੌਤ ਪਿੱਛੇ ਕੋਈ ਸਾਜ਼ਿਸ਼ ਮਹਿਸੂਸ ਨਹੀਂ ਹੋਈ ਅਤੇ ਪੜਤਾਲ ਦੇ ਸਿੱਟੇ ਬਾਰੇ ਪਰਿਵਾਰ ਨੂੰ ਜਾਣੂ ਕਰਵਾ ਦਿੱਤਾ ਗਿਆ। ਪੀੜਤ ਪਰਿਵਾਰ ਨੂੰ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦਿਆਂ ਹੈਲੀਫੈਕਸ ਰੀਜਨਲ ਪੁਲਿਸ ਨੇ ਵਿਸਤਾਰਤ ਵੇਰਵੇ ਮੁਹੱਈਆ ਨਹੀਂ ਕਰਵਾਏ, ਪਰ ਇੰਨਾ ਜ਼ਰੂਰ ਕਿਹਾ ਕਿ ਕਈ ਸਵਾਲਾਂ ਦੇ ਜਵਾਬ ਸ਼ਾਇਦ ਕਦੇ ਨਹੀਂ ਮਿਲ ਸਕਣਗੇ। ਪੁਲਿਸ ਦੇ ਬੁਲਾਰੇ ਨੇ ਪੱਤਰਕਾਰਾਂ ਨਾਲ ਆਹਮੋ ਸਾਹਮਣੇ ਗੱਲਬਾਤ ਕਰਨ ਦੀ ਬਜਾਏ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਲੋਕ ਇਸ ਮਾਮਲੇ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਨੇ। ਪੁਲਿਸ ਦਾ ਕੰਮ ਇਸ ਮਾਮਲੇ ਵਿੱਚ ਕਿਸੇ ਅਪਰਾਧਿਕ ਸਰਗਰਮੀ ਦਾ ਪਤਾ ਕਰਨਾ ਸੀ, ਪਰ ਜਾਂਚ ਦੌਰਾਨ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਅਤੇ ਗੁਰਸਿਮਰਨ ਕੌਰ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕਾਂਸਟੇਬਲ ਮਾਰਟਿਨ ਕ੍ਰੋਮਵੈਲ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਬੰਦ ਨਹੀਂ ਕੀਤੀ ਜਾ ਰਹੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੌਰਾਨ ਕੋਈ ਵੱਡਾ ਖੁਲਾਸਾ ਵੀ ਹੋ ਸਕਦਾ ਹੈ। ਮਾਮਲੇ ਦੀ ਪੜਤਾਲ ਦੌਰਾਨ ਪੁਲਿਸ ਵੱਲੋਂ ਕਈ ਜਾਣੇ ਤੋਂ ਪੁੱਛਗਿੱਛ ਕੀਤੀ ਗਈ ਅਤੇ ਵੀਡੀਓ ਫੁਟੇਜ ਨੂੰ ਵੀ ਬਾਰੀਕੀ ਨਾਲ ਘੋਖਿਆ। ਦੂਜੇ ਪਾਸੇ ਗੁਰਸਿਮਰਨ ਕੌਰ ਦੀ ਮੌਤ ਮਗਰੋਂ ਵਾਲਮਾਰਟ ਸਟੋਰ ਹੁਣ ਤੱਕ ਬੰਦ ਹੈ ਅਤੇ ਸਟਾਫ ਨੂੰ ਤਿਆਰੀ ਰੱਖਣ ਲਈ ਕਿਹਾ ਗਿਆ ਹੈ। ਨੋਵਾ ਸਕੋਸ਼ੀਆ ਦੇ ਕਿਰਤ, ਹੁਨਰ, ਵਿਕਾਸ ਅਤੇ ਇਮੀਗ੍ਰੇਸ਼ਨ ਮੰਤਰਾਲੇ ਦੇ ਮੁਤਾਬਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੇ ਮੱਦੇਨਜ਼ਰ ਬੇਕਰੀ ਆਪਰੇਸ਼ਨਸ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਸੀ, ਪਰ ਵਾਲਮਾਰਟ ਨੇ ਬੇਕਰੀ ਵਾਲਾ ਹਿੱਸਾ ਪੱਕੇ ਤੌਰ 'ਤੇ ਹਟਾਉਣ ਦਾ ਫੈਸਲਾ ਕਰ ਲਿਆ। ਨਾਰਥ ਯਾਰਕ ਸਿਟੀ ਵਿਖੇ ਇੱਕ TTC ਦੀ ਬੱਸ ਅਤੇ ਚੋਰੀ ਕੀਤੀ ਗੱਡੀ ਦਰਮਿਆਨ ਹੋਈ ਟੱਕਰ ਕਾਰਨ 9 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਡਿਊਟੀ ਇੰਸਪੈਕਟਰ ਬ੍ਰਾਇਨ ਨੇ ਦੱਸਿਆ ਕਿ ਵਿਲਸਨ ਅਵੈਨਿਊ 'ਤੇ 2 ਗੱਡੀ ਦੀ ਬੇਹੱਦ ਤੇਜ਼ ਰਫ਼ਤਾਰ ਨਾਲ ਪੱਛਮ ਵੱਲ ਜਾ ਰਹੀ, ਜਿਨ੍ਹਾਂ ਵਿੱਚੋਂ ਇੱਕ ਗੱਡੀ ਇੰਟਰਸੈਕਸ਼ਨ ਪਾਰ ਕਰ ਗਈ ਪਰ ਦੂਜੀ ਬੱਸ ਨਾਲ ਭਿੜ ਗਈ। ਬੱਸ ਵਿੱਚ ਵੱਜਣ ਵਾਲੀ ਚਿੱਟੀ BMW ਦੇ ਡਰਾਈਵਰ ਨੇ ਇੰਟਰਸੈਕਸ਼ਨ ਪਾਰ ਕਰਨ ਦੀ ਕਾਹਲੀ ਵਿੱਚ ਰਫ਼ਤਾਰ ਹੋਰ ਵਧਾ ਦਿੱਤੀ, ਪਰ ਇਸ ਦੇ ਸਿੱਟੇ ਵਜੋਂ ਹੋਈ ਟੱਕਰ ਇੰਨੀ ਖਤਰਨਾਕ ਸੀ ਕਿ ਬੱਸ ਦੇ ਇੱਕ ਪਾਸੇ ਵੱਲ ਮੁੜ ਗਈ। ਟੱਕਰ ਮਗਰੋਂ BMW ਵਿੱਚ ਅੱਗ ਲੱਗ ਗਈ, ਜਿਸ ਨੂੰ ਐਮਰਜੈਂਸੀ ਕਾਮਿਆਂ ਵੱਲੋਂ ਬੁਝਾ ਦਿੱਤਾ ਗਿਆ। ਹਾਦਸੇ ਵਾਲੀ ਥਾਂ ਨੇੜੇ ਮੌਜੂਦ ਇੱਕ ਸ਼ਖਸ ਨੇ ਦੱਸਿਆ ਕਿ ਬੰਬ ਚੱਲਣ ਵਰਗੀ ਆਵਾਜ਼ ਆਈ।
ਦੇਰ ਰਾਤ ਦਾ ਸਮਾਂ ਹੋਣ ਕਰਕੇ ਇਲਾਕਾ ਖਾਲੀ ਸੀ, ਜਿਸ ਦੇ ਮੱਦੇਨਜ਼ਰ ਟੱਕਰ ਦੀ ਆਵਾਜ਼ ਦੂਰ ਦੂਰ ਤੱਕ ਪੁੱਜੀ। ਉੱਧਰ ਬੱਸ ਵਿੱਚ ਸਵਾਰ ਮੁਸਾਫਿਰ ਕੰਮ ਤੋਂ ਪਰਤ ਰਹੇ ਸਨ ਅਤੇ ਟੱਕਰ ਮਗਰੋਂ ਬੁਰੀ ਤਰ੍ਹਾਂ ਘਬਰਾ ਗਏ। ਹਾਦਸੇ ਦੇ 9 ਜ਼ਖਮੀਆਂ ਵਿੱਚੋਂ 4 ਗੱਡੀ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚੋਂ 2 ਜਣੇ ਦੇ ਬਚਣ ਦੀ ਸੰਭਾਵਨਾ ਘੱਟ ਹੈ। ਬੱਸ ਵਿੱਚ ਸਵਾਰ ਮੁਸਾਫਿਰ ਵੀ ਜ਼ਖਮੀ ਹੋਏ, ਜਿਨ੍ਹਾਂ ਦਾ ਮੌਕੇ 'ਤੇ ਇਲਾਜ ਕਰ ਦਿੱਤਾ ਗਿਆ। ਹਾਦਸੇ ਮਗਰੋਂ ਕਈ ਘੰਟੇ ਤੱਕ ਇੰਟਰਸੈਕਸ਼ਨ ਨੂੰ ਬੰਦ ਰੱਖਿਆ ਗਿਆ ਅਤੇ ਫਿਲਹਾਲ ਕਿਸੇ ਵਿਰੁੱਧ ਕੋਈ ਦੋਸ਼ ਆਇਦ ਕਰਨ ਦਾ ਜ਼ਿਕਰ ਸਾਹਮਣੇ ਨਹੀਂ ਆਇਆ। ਟੋਰਾਂਟੋ ਪੁਲਿਸ ਐਸੋਸੀਏਸ਼ਨ ਦੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਰੀ ਕੀਤੀ ਗੱਡੀ BMW ਵਿੱਚ ਸਵਾਰ 4 ਜਣੇ ਵਿੱਚੋਂ 2 ਜ਼ਮਾਨਤ 'ਤੇ ਬਾਹਰ ਆਏ ਹੋਏ ਸਨ ਅਤੇ ਮੁੜ ਗੱਡੀ ਚੋਰੀ ਕਰ ਲਈ। ਪੁਲਿਸ ਐਸੋਸੀਏਸ਼ਨ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਲਈ ਜ਼ਮਾਨਤੀ ਕਾਨੂੰਨ ਵਿੱਚ ਸੋਧ ਕੀਤੀ ਜਾਵੇ। ਓਨਟਾਰੀਓ ਵਿੱਚ ਸ਼ਰਾਬ ਦੇ ਠੇਕਿਆਂ ਤੋਂ ਬੋਤਲਾਂ ਚੋਰੀ ਕਰਨ ਦੇ ਮਾਮਲੇ ਵਿੱਚ ਬ੍ਰੈਂਪਟਨ ਦੇ ਇੱਕ ਵਸਨੀਕ ਨੂੰ ਗ੍ਰਿਫਤਾਰ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸ਼ੱਕੀ ਤਕਰੀਬਨ $63,000 ਮੁੱਲ ਦੀ ਸ਼ਰਾਬ ਵੱਖ ਵੱਖ LCBO ਸਟੋਰਸ ਤੋਂ ਚੋਰੀ ਕੀਤੀ ਹੈ। ਪੀਲ ਪੁਲਿਸ ਵੱਲੋਂ ਸ਼ੱਕੀ ਦੀ ਸ਼ਨਾਖਤ 38 ਦੇ ਅਬਦੁਲ ਅਜ਼ੀਜ਼ ਆਦਿਲ ਵਜੋਂ ਕੀਤੀ ਗਈ ਹੈ, ਜਿਸ ਵਿਰੁੱਧ $5,000 ਤੋਂ ਵੱਧ ਮੁੱਲ ਦੀ ਚੋਰੀ ਕਰਨ, ਗ੍ਰਿਫਤਾਰ ਦਾ ਵਿਰੋਧ ਕਰਦਿਆਂ ਹਮਲਾ ਕਰਨ, ਪੁਲਿਸ ਕਾਰਵਾਈ ਵਿੱਚ ਅੜਿੱਕਾ ਪਾਉਣ ਅਤੇ ਜ਼ਮਾਨਤ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਆਇਦ ਕੀਤੇ ਗਏ। ਅਬਦੁਲ ਅਜ਼ੀਜ਼ ਦੀ ਗ੍ਰਿਫਤਾਰੀ 17 ਨਵੰਬਰ ਨੂੰ ਹੋਈ ਅਤੇ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਣ ਤੱਕ ਉਹ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਅਬਦੁਲ ਅਜ਼ੀਜ਼ ਵਿਰੁੱਧ 4 ਗ੍ਰਿਫਤਾਰੀ ਵਾਰੰਟ ਜ਼ਾਰੀ ਕੀਤੇ ਗਏ ਅਤੇ ਸ਼ਰਾਬ ਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵੇਲੇ ਉਹ ਕਈ ਕਿਸਮ ਦੇ ਅਪਰਾਧਾਂ ਦੇ ਦੋਸ਼ ਹੇਠ ਜ਼ਮਾਨਤ 'ਤੇ ਚੱਲ ਰਿਹਾ ਸੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਨਵੇਂ ਸਾਲ ਤੋਂ ਕੈਨੇਡਾ ਅਮਰੀਕਾ ਸਰਹੱਦ 'ਤੇ ਸੇਵਾ ਸਮੇਂ ਦੇ ਘੰਟਿਆਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਬਾਰਡਰ ਏਜੰਸੀ ਮੁਤਾਬਕ 6 ਜਨਵਰੀ 2025 ਤੋਂ ਰਾਤੀ 12:01 ਦੇ 35 ਸਰਹੱਦ ਦਾਖਲਿਆਂ 'ਤੇ ਸੇਵਾ ਸਮੇਂ ਵਿੱਚ ਤਬਦੀਲੀ ਹੋਵੇਗੀ। ਏਜੰਸੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਸਮੁੱਚੀ ਸੁਰੱਖਿਆ ਵਧਾਉਣ ਲਈ ਇਹ ਉਪਾਅ ਕੀਤੇ ਜਾ ਰਹੇ ਨੇ। ਮੈਨੀਟੋਬਾ ਵਿੱਚ 12, ਕਿਊਬੈਕ ਵਿੱਚ 10, ਸਸਕੈਚਵਨ ਵਿੱਚ 6, ਨਿਊ ਬ੍ਰੰਜ਼ਵਿਕ ਵਿੱਚ 4, BC ਵਿੱਚ 2 ਅਤੇ ਅਲਬਰਟਾ ਦੇ 1 ਸਰਹੱਦੀ ਦਾਖਲੇ 'ਤੇ ਹਫ਼ਤੇ ਵਿੱਚ 7 ਦਿਨ ਸੇਵਾ ਵਿੱਚ ਤਬਦੀਲੀ ਹੋਵੇਗੀ। ਬਾਰਡਰ 'ਤੇ ਵੱਖ ਵੱਖ ਥਾਂ ਦੇ ਫਰਕ ਨਾਲ ਕੁਝ ਪੋਰਟਾਂ ਦੇ ਖੁੱਲ੍ਹਣ ਦੇ ਸਮੇਂ ਨੂੰ 1 ਘੰਟਾ ਕੁਝ ਦੇਰ ਸਮੇਂ ਨੂੰ 5 ਘੰਟੇ ਤੱਕ ਘਟਾ ਦਿੱਤਾ ਜਾਵੇਗਾ। ਵਪਾਰਕ ਐਂਟਰੀਆਂ ਦੇ ਸੇਵਾ ਸਮੇਂ ਵਿੱਚ ਤਬਦੀਲੀ ਹੋ ਰਹੀਆਂ ਨੇ, ਜੋ ਕਿ ਵੱਖ ਵੱਖ ਪੋਰਟਾਂ 'ਤੇ ਵੱਖ ਵੱਖ ਹੋਣਗੀਆਂ। ਬਾਰਡਰ ਏਜੰਸੀ ਨੇ ਕਿਹਾ ਕਿ ਅਪਡੇਟ ਕੀਤੇ ਘੰਟਿਆਂ ਅਮਰੀਕਾ ਨਾਲ ਤਾਲਮੇਲ ਤੋਂ ਬਾਅਦ ਤੈਅ ਕੀਤੇ ਗਏ ਨੇ ਅਤੇ ਇਹ ਬਾਰਡਰ ਸੰਚਾਲਨ ਵਿਅਸਤ ਸਮੇਂ ਦੀ ਲੋੜੀਂਦੀਆਂ ਸੇਵਾਵਾਂ 'ਤੇ ਆਧਾਰਿਤ ਨੇ। ਇਹਨਾਂ ਦਾਖਲਾ ਪੋਰਟਸ ਵਿੱਚੋਂ ਜ਼ਿਆਦਾਤਰ ਅਜਿਹੀਆਂ ਨੇ ਜਿੱਥੇ ਘੰਟਿਆਂ ਵਿੱਚ ਜਿੰਨੀ ਕਟੌਤੀ ਕੀਤੀ ਗਈ ਹੈ ਉਹਨਾਂ ਘੰਟਿਆਂ ਵਿੱਚ ਇੱਥੋਂ ਪ੍ਰਤੀ ਘੰਟਾ ਔਸਤਨ 2 ਜਾਂ ਘੱਟ ਕਾਰਾਂ ਟਰੱਕ ਬਾਰਡਰ ਕ੍ਰੋਸ ਕਰਦੇ ਨੇ। ਸਰਹੱਦ ਪਾਰ ਕਰਨ ਵਾਲੇ ਨੂੰ 100 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਵਿਕਲਪ ਪ੍ਰਦਾਨ ਕੀਤਾ ਜਾਵੇਗਾ। ਅਮਰੀਕਾ ਵਿੱਚ ਆਪਣੇ ਪੋਰਟ ਆਫ ਐਂਟਰੀ 'ਤੇ ਸੇਵਾ ਸਮੇਂ ਦੀ ਤਬਦੀਲੀ ਕਰ ਰਿਹਾ ਹੈ। ਇਹ ਤਬਦੀਲੀਆਂ ਦੋਵੇਂ ਦੇਸ਼ਾਂ ਨੂੰ ਅਪ੍ਰਵਾਨਿਤ ਯਾਤਰੀਆਂ ਅਤੇ ਸਮਾਨ ਨੂੰ ਦੂਜੇ ਦੇਸ਼ਾਂ ਨੂੰ ਵਾਪਸ ਕਰਨ ਦੀ ਆਗਿਆ ਦੇਣਗੀਆਂ। ਰਿਲੀਜ਼ ਵਿੱਚ ਕਿਹਾ ਗਿਆ ਕਿ ਘੰਟਿਆਂ ਵਿੱਚ ਤਬਦੀਲੀ ਦੇ ਨਤੀਜੇ ਵਜੋਂ ਸਰਹੱਦੀ ਅਧਿਕਾਰੀਆਂ ਨੂੰ ਇਨਫੋਰਸਮੈਂਟ ਗਤੀਵਿਧੀਆਂ ਦਾ ਪ੍ਰਬੰਧਨ ਕਰਨ ਅਤੇ ਪ੍ਰਵੇਸ਼ ਦੇ ਵਿਅਸਤ ਪੋਰਟਾਂ 'ਤੇ ਯਾਤਰੀਆਂ ਦੀ ਪ੍ਰੋਸੈਸਿੰਗ ਵਿੱਚ ਮਦਦ ਕਰਨ ਲਈ ਵਧੇਰੇ ਸਰੋਤ ਮਿਲਣਗੇ। 2023 ਦੀ ਸ਼ੁਰੂਆਤ ਤੋਂ ਕੈਨੇਡਾ ਤੋਂ ਅਮਰੀਕਾ ਵਿੱਚ ਅਨਿਯਮਿਤ ਐਂਟਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਸੀਨੀਅਰ ਬੁਲਾਰਣ ਰੇਬੈਕਾ ਪਾਰਡੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਸਰਹੱਦ 'ਤੇ ਬਦਲਾਅ ਹਾਲ ਹੀ ਵਿੱਚ ਡੋਨਲਡ ਟਰੰਪ ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਜਿੱਤ ਦੇ ਮੱਦੇਨਜ਼ਰ ਨਹੀਂ ਕੀਤੇ ਗਏ ਨੇ।